ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਮੈਂ ਜਿਹੜੀ ਵੀਡੀਓ ਲੈ ਕੇ ਆ ਰਿਹਾ ਉਹ ਆ PDF ਫਾਈਲ ਬਾਰੇ। ਦੋਸਤੋ PDF ਫਾਈਲ ਡੋਪ ਕੰਪਨੀ ਸੀ ਇੱਕ, ਉਸਨੇ ਇਹ ਫਾਈਲ ਚਾਲੂ ਕੀਤੀ ਸੀ। ਇਹਦਾ ਮਤਲਬ ਕੀ ਹੁੰਦਾ ਹੈ? ਪੋਰਟੇਬਲ ਡਾਕੂਮੈਂਟ ਫਾਰਮੈਟ। ਦੋਸਤੋ ਆ ਦੇਖੋ, ਇਹਦਾ ਅਸੀਂ ਸਾਰਾ ਪੰਜਾਬੀ ਦੇ ਵਿੱਚ ਦੱਸਿਆ ਹੈ ਇਹਦਾ ਅਰਥ, ਫਾਈਲ ਨੂੰ ਪੜ੍ਹਨਾ ਕਿੱਦਾਂ ਵਾ, ਕਿਹਦੇ ਨਾਲ ਪੜ੍ਹਨਾ ਵਾ ਜਾਂ ਕਿੱਦਾਂ ਪੜ੍ਹਨਾ, ਅਤੇ ਫਾਈਲ ਬਣਾਉਣਾ ਕਿੱਦਾਂ, ਬਣਾਉਣੀ ਕਿੱਦਾਂ ਵਾ। ਸੋ ਦੋਸਤੋ ਇਹਦੇ ਵਿੱਚ ਸਭ ਕੁਝ ਡਿਟੇਲ ਦੱਸੀ ਆ, PDF ਫਾਈਲ ਕੀ ਆ, ਕਿੱਥੋਂ ਆਈ ਆ, ਕੀ ਹਿਸਾਬ ਕਿਤਾਬ ਆ, ਠੀਕ ਆ ਜੀ, ਇਹਨੂੰ ਕਿਹੜਾ ਸੋਫਟਵੇਅਰ ਵਧੀਆ ਚਲਾਉਂਦਾ, ਕਿਹੜਾ ਮਾੜਾ ਚਲਾਉਂਦਾ। ਪਰ ਅੱਜ ਦੋਸਤੋ ਮੈਂ ਤੁਹਾਨੂੰ ਆਫਲਾਈਨ, ਵੈਸੇ ਤਾਂ ਮਾਈਕਰੋਸੋਫਟ ਵਰਡ ਜੇ 2007 ਹੈਗਾ ਤੁਹਾਡੇ ਕੋਲ, ਉਹਦੇ ਵਿੱਚ PDF ਫਾਈਲ ਦੀ ਆਪਸ਼ਨ ਆਉਂਦੀ ਆ, ਪਰ ਜੇ ਨਹੀਂ ਹੈਗਾ ਤਾਂ ਇੱਕ ਸੋਫਟਵੇਅਰ ਆ, ਠੀਕ ਆ ਜੀ, ਉਸ ਨੂੰ ਡਾਊਨਲੋਡ ਕਰ ਲਿਓ। ਉਹ ਸੋਫਟਵੇਅਰ ਆ ਦੇਖੋ, ਉਸ ਐਪ ਨੂੰ ਡਾਊਨਲੋਡ ਕਰਨ ਲਈ ਡਾਊਨਲੋਡ ਫੋਟੋ 'ਤੇ ਕਲਿੱਕ ਕਰੋ, ਇਸ 'ਤੇ ਕਲਿੱਕ ਕਰੋਗੇ ਤਾਂ ਉਹ ਸੋਫਟਵੇਅਰ ਡਾਊਨਲੋਡ ਹੋ ਜਾਏਗਾ। ਦੋਸਤੋ ਜਦੋਂ ਉਹ ਸੋਫਟਵੇਅਰ ਡਾਊਨਲੋਡ ਹੋ ਜਾਏਗਾ ਤਾਂ ਤੁਸੀਂ ਕੀ ਕਰਨਾ ਹੈ, ਉਸ ਸੋਫਟਵੇਅਰ ਨੂੰ ਇੰਸਟਾਲ ਕਰ ਲੈਣਾ। ਇੰਸਟਾਲ ਕਰਕੇ ਉਹਦੇ ਵਿੱਚ ਤੁਹਾਡੇ ਕੋਲ ਜਦੋਂ ਇੰਸਟਾਲ ਹੋ ਜਾਏਗਾ ਉਹਦੇ ਵਿੱਚ ਪੁੱਛੇਗਾ ਤੁਹਾਡਾ ਨਾਮ, ਈਮੇਲ ID ਅਤੇ ਪਾਸਵਰਡ ਭਰ ਦਿਓ ਵਿੱਚ। ਪਰ ਤੁਸੀਂ ਜੇ ਭਰਨਾ ਹੋਊਗਾ ਭਰ ਦਿਓ, ਨਹੀਂ ਭਰਨਾ ਹੋਊਗਾ ਤਾਂ ਨਾ ਭਰਿਓ, ਸਕਿੱਪ ਕਰ ਦਿਓ, ਠੀਕ ਆ ਜੀ। ਮੈਂ ਵੀ ਸਕਿੱਪ ਕੀਤੀ। ਆਹ ਦੇਖੋ ਹੁਣ ਮੈਂ PDF ਫਾਈਲ 24 ਓਪਨ ਕਰਕੇ ਦੱਸਦਾ ਹਾਂ। ਆਹ ਦੇਖੋ ਜਦੋਂ ਓਪਨ ਹੋ ਜਾਏਗੀ ਇਸ ਤਰ੍ਹਾਂ ਦਾ ਹੋਊਗਾ। ਸਭ ਤੋਂ ਪਹਿਲਾਂ ਕੀ ਆ, PDF ਕ੍ਰੀਏਟਰ, ਇਹਦੇ ਵਿੱਚ ਇਹਦੇ 'ਤੇ ਕਲਿੱਕ ਕਰੋਗੇ, ਕੋਈ ਵੀ ਫਾਈਲ ਚੱਕੋ, ਫੋਟੋ ਚੱਕੋ, ਫਾਈਲ ਚੱਕੋ, ਉਹਨੂੰ PDF ਦੇ ਵਿੱਚ ਕਨਵਰਟ ਕਰ ਦੇਗਾ, ਠੀਕ ਆ ਜੀ। ਆ PDF ਪ੍ਰਿੰਟ ਅਸਿਸਟੈਂਟ, ਇੱਥੋਂ ਹੀ ਤੁਸੀਂ ਮਤਲਬ ਪ੍ਰਿੰਟ ਕਰਾ ਸਕਦੇ ਜੀ। ਔਨਲਾਈਨ PDF ਕਨਵਰਟਰ, ਔਨਲਾਈਨ ਵੀ ਕਨਵਰਟ ਕਰ ਸਕਦੇ ਜੀ। ਮਤਲਬ ਕਿ ਇਹਦੇ ਵਿੱਚ ਤੁਸੀਂ ਆਹ ਦੇਖੋ, ਇੰਪੋਰਟ ਫਰੋਮ ਸਕੈਨਰ ਔਰ ਕੈਮਰਾ, ਕੈਮਰੇ ਅਤੇ ਸਕੈਨਰ ਦੇ ਵਿੱਚੋਂ ਸਿੱਧਾ ਇਹਦੇ ਸੋਫਟਵੇਅਰ ਦੇ ਵਿੱਚ ਇੰਪੋਰਟ ਕਰ ਸਕਦੇ ਜੀ। ਸੈਂਡ ਆਫ ਵੈਕਸ, ਫੈਕਸ, ਸੱਚ ਫੈਕਸ ਕਹਿਤਾ, ਫੈਕਸ ਮਤਲਬ ਕਿ ਫੈਕਸ ਦੇ ਵਿੱਚ ਅਸੀਂ ਵੀ ਸੈਂਡ ਕਰ ਸਕਦੇ ਜੀ, ਠੀਕ ਆ ਜੀ। ਦੇਖੋ ਕਾਫੀ ਫੰਕਸ਼ਨ ਆ ਜੀ। ਹੁਣ ਦੇਖੋ ਆਹ ਵੇਖ, ਕਈ ਵਾਰ ਪਤਾ ਕੀ ਹੁੰਦਾ ਵਾ, ਜਿੱਦਾਂ ਮੈਂ ਡਰਾਈਵਰੀ ਲਾਇਸੈਂਸ ਬਾਰੇ ਇੱਕ ਵੀਡੀਓ ਪਾਈ ਸੀ, ਕਈ ਵਾਰ PDF ਫਾਈਲ ਐਡੀ ਵੱਡੀ ਹੋ ਜਾਂਦੀ ਆ ਕਿ ਉਹਨੂੰ ਔਨਲਾਈਨ ਐਪਲੀਕੇਸ਼ਨ ਆ, ਮਤਲਬ ਕਿ ਜਿਸ 'ਚ ਅਸੀਂ ਮਤਲਬ ਔਨਲਾਈਨ ਫਾਰਮ ਭਰਦੇ ਹਾਂ ਉਹ ਅਲਾਓ ਨਹੀਂ ਕਰਦੇ, ਉਹਨੂੰ ਕੰਪਰੈਸ ਕਰਨ ਲਈ, ਛੋਟਾ ਕਰਨ ਲਈ। ਆ ਦੇਖੋ ਇਹਦੇ ਵਿੱਚ ਫੰਕਸ਼ਨ ਹੈਗਾ, ਜਿਵੇਂ ਡਰਾਈਵਰੀ ਲਾਇਸੈਂਸ ਦੇ ਵਿੱਚ 500 KB ਤੱਕ ਫਾਈਲ, PDF ਫਾਈਲ ਚਾਹੀਦੀ ਆ। ਸੋ ਦੋਸਤੋ ਮੈਂ ਅੱਜ ਤੁਹਾਨੂੰ ਕੁਝ ਮਾਈਕਰੋਸੋਫਟ ਵਰਡ ਵਿੱਚ ਫੋਟੋਆਂ ਪਾ ਕੇ, ਜਿਵੇਂ ਡਰਾਈਵਰੀ ਲਾਇਸੈਂਸ ਲਈ ਸਾਨੂੰ ਫਾਰਮ ਨੰਬਰ 1, ਫਾਰਮ ਨੰਬਰ 1A, ਅਤੇ ਲੈਬ ਵਾਸਤੇ ਮਤਲਬ ਜੋ ਟੈਸਟ ਕਰਾਇਆ ਲੈਬ ਤੋਂ, ਲੈਬੋਰੇਟਰੀ ਤੋਂ, ਉਹ ਫਾਰਮ ਪਾਉਣੇ, 3-4 ਫਾਰਮ
ਫੋਟੋਆਂ ਬਣ ਜਾਂਦੀਆਂ ਸਕੈਨ ਕਰਾ ਕੇ, ਉਹਦੇ ਬਾਰੇ ਦੱਸਾਂਗਾ ਤੁਹਾਨੂੰ ਮੈਂ। ਆਓ ਤੁਹਾਨੂੰ ਪਹਿਲਾਂ ਮੈਂ ਉਹਦੇ ਬਾਰੇ ਦੱਸ ਦਿੰਦਾ, ਠੀਕ ਹੈ ਜੀ। ਇਸ ਨੂੰ ਥੱਲੇ ਕਰ ਦਿਓ, ਆਹ ਦੇਖੋ ਅਸੀਂ ਮਾਈਕਰੋਸੋਫਟ ਵਰਡ 'ਤੇ ਗਏ। ਦੋਸਤੋ ਜਿਹੜਾ ਵੀ ਸਟੱਡੀ ਕਰਦਾ ਵਾ, ਕੋਈ ਵੀ ਸਟੱਡੀ ਕਰਦਾ ਵਾ, ਉਸਨੂੰ ਮਾਈਕਰੋਸੋਫਟ ਵਰਡ ਦੀ ਬਹੁਤ ਜ਼ਰੂਰਤ ਪੈਂਦੀ ਆ। ਉਹ ਮੇਰੇ ਵੀਰ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਇਹਦੀ ਪੈਂਦੀ ਆ, ਉਹਨਾਂ ਨੂੰ PDF ਫਾਈਲ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਆ, ਕਿਉਂਕਿ ਜਦੋਂ ਕੱਲ੍ਹ ਨੂੰ ਤੁਸੀਂ ਪ੍ਰਿੰਟਰ ਕਢਾ ਕੇ ਲਿਆਉਣੇ ਆ ਕਿਸੇ ਦੁਕਾਨ ਤੋਂ, ਤਾਂ ਤੁਹਾਡੇ ਕੋਲ ਜਿਹੜੀ ਤੁਸੀਂ ਲੈਂਗੁਏਜ ਜਿੱਦਾਂ ਅਸੀਸ 'ਚ ਕੀਤਾ, ਉਹਦੇ ਕੋਲ ਸ਼ਾਇਦ ਅਸੀਸ ਲੈਂਗੁਏਜ ਨਾ ਹੋਵੇ, ਉਹ ਤੁਹਾਡੇ ਫੋਰਮੈਟ ਨੂੰ ਵਰਡ ਪ੍ਰੈਸ ਦੇ ਫੋਰਮੈਟ ਨੂੰ ਚੁੱਕੇਗੀ ਨਹੀਂ। ਜੇ ਤੁਸੀਂ PDF ਫਾਈਲ 'ਚ ਕਨਵਰਟ ਕਰਕੇ ਲੈ ਜਾਓਗੇ ਤਾਂ ਇਹੋ ਜਿਹੀ ਕੋਈ ਦਿੱਕਤ ਨਹੀਂ ਆਏਗੀ, ਜਿੱਦਾਂ ਦਾ ਤੁਹਾਡਾ ਫੋਰਮੈਟ ਹੈਗਾ ਵਾ ਉੱਦਾਂ ਦਾ ਹੀ ਰਹੇਗਾ, ਉੱਦਾਂ ਦਾ ਹੀ ਲਿਖਿਆ ਰਹੇਗਾ। ਬਾਕੀ ਕਈ ਵਾਰ ਵੇਖਿਆ, ਕਈ ਵਾਰ ਵਰਡ ਦੀ ਫਾਈਲ 'ਚ ਬਣਾਉਂਦੇ ਹਾਂ ਅਸੀਂ ਕੁਝ ਹੋਰ ਆ, ਉੱਥੇ ਜਾ ਕੇ ਚੈੱਕ ਕਰਾਈਦਾ ਵਾ ਦੁਕਾਨ 'ਤੇ, ਅਤੇ ਉਹ ਬਦਲ ਜਾਂਦਾ, ਠੀਕ ਆ ਜੀ। ਅੱਖਰਾਂ ਦਾ ਮਤਲਬ ਕਿ ਇੱਧਰ ਉੱਧਰ ਹਿੱਲ ਹੁੱਲ ਜਾਂਦੇ ਆ, ਠੀਕ ਆ ਜੀ। ਪਰ ਜਦੋਂ ਤੁਸੀਂ ਇਹਨੂੰ PDF ਫਾਈਲ 'ਚ ਕਨਵਰਟ ਕਰ ਲਓਗੇ ਤਾਂ ਇਹੋ ਜਿਹਾ ਕੋਈ ਚੱਕਰ ਨਹੀਂ ਪਵੇਗਾ, ਠੀਕ ਆ ਜੀ। ਹੁਣ ਦੇਖੋ ਜੀ, ਮੈਂ ਇਨਸਰਟ ਕਰਕੇ ਦਿਖਾ ਦੇਣਾ ਤੁਹਾਨੂੰ ਪਿਕਚਰਾਂ, ਜਿਹੜੀ ਆ ਫੋਰਮ ਨੰਬਰ 1, ਫੋਰਮ ਨੰਬਰ 2, ਠੀਕ ਆ ਜੀ। ਆਹ ਦੇਖੋ ਜੀ, ਆਹ 3 ਫੋਟੋਆਂ ਵਾ, ਫੋਰਮ ਨੰਬਰ 1, ਫੋਰਮ ਨੰਬਰ 2, ਅਤੇ ਇੱਕ ਫੋਰਮ ਨੰਬਰ 1A ਦੀਆਂ 2 ਫੋਟੋਆਂ ਵਾ ਹੋਣੀਆਂ। ਜਦੋਂ ਤੁਸੀਂ ਸਕੈਨ ਕਰਕੇ ਲਿਆਓਗੇ ਫੋਟੋ ਲੱਗੇਗੀ। ਆਹ ਦੇਖੋ ਫੋਰਮ ਨੰਬਰ 1 ਜਿਹੜਾ ਤੁਸੀਂ ਭਰਨਾ, ਉਹਨੂੰ ਸਕੈਨ ਕਰਕੇ ਉਹਨੂੰ ਇਹਦੇ ਵਿੱਚ ਵਰਡ ਵਿੱਚ ਪਾਤਾ, ਠੀਕ ਆ। ਆਹ ਦੇਖੋ ਫੋਰਮ ਨੰਬਰ 1A, ਇੱਥੇ ਜਦੋਂ ਫੋਟੋ ਲਾਈ ਡਾਕਟਰ ਦੇ ਸਾਈਨ ਸੁਣ ਹੋਏ, ਇਹਨੂੰ ਸਕੈਨ ਕਰਕੇ ਇੱਥੇ ਸਾਈਨ ਸੁਣੋ, ਡੇਟ ਉੱਡ ਪਈ, ਇਹਨੂੰ ਸਕੈਨ ਕਰਕੇ ਇੱਥੇ ਪਾਉਣਾ ਵਾ, ਇੱਕ ਲੈਬ ਵਾਲਾ ਪਾਉਣਾ, ਠੀਕ ਆ ਜੀ। 4 ਡਾਕੂਮੈਂਟ ਪਾਉਣੇ ਆ ਡਰਾਈਵਿੰਗ ਲਾਇਸੈਂਸ ਲਈ। ਬਾਕੀ ਹੋਰ ਵੀ ਜਿੰਨਾ ਫੋਟੋ ਖਿੱਚਦੇ ਤੁਸੀਂ, ਕਈ ਵਾਰ ਚੋਇਸ ਨਹੀਂ ਹੁੰਦੀ ਇਹਦੇ ਵਿੱਚ ਵੀ, ਡਰਾਈਵਿੰਗ ਲਾਇਸੈਂਸ ਵਿੱਚ ਵੀ ਇੱਕੋ ਹੀ ਚੋਇਸ ਆ। ਹੁਣ ਇਹ 4 ਫੋਟੋਆਂ ਅਲੱਗ ਅਲੱਗ ਆ, ਇਹਨਾਂ ਨੂੰ ਇੱਕੋ ਚੋਇਸ ਵਿੱਚ ਕਿਵੇਂ ਮਾਰ ਸਕਦੇ? ਸੋ ਇਹਦੇ ਲਈ ਇਹ PDF ਫਾਈਲ ਬਣਾਉਣੀ ਬਹੁਤ ਜ਼ਰੂਰੀ ਸੀ, ਠੀਕ ਆ। ਇਹਨੂੰ ਹੁਣ ਸੇਵ ਕਰ ਲਓ, ਜਿਵੇਂ ਮੈਂ ਸੇਵ ਐਜ ਉਸੇ ਹੀ ਫੋਲਡਰ ਵਿੱਚ ਪਾ ਦਿੰਦਾ। 1 ਮਿੰਟ, ਡਾਕੂਮੈਂਟ 1, ਠੀਕ ਆ ਜੀ। ਆ ਦੇਖੋ ਇਹਨੂੰ ਮੈਂ ਇਹਦੇ ਵਿੱਚ ਪਾਤਾ, ਠੀਕ ਆ ਜੀ। ਪਰ ਜਦੋਂ ਅਸੀਂ ਇਸ ਨੂੰ ਉੱਥੇ ਅਪਲੋਡ ਕਰਾਂਗੇ ਤਾਂ ਉਹ ਵਰਡ ਫਾਈਲਾਂ ਕਈ ਵਾਰ ਚੱਕਦੇ ਨਹੀਂ ਹੁੰਦੇ, ਜਦੋਂ ਔਨਲਾਈਨ ਫਾਰਮ ਅਪਲਾਈ ਕਰੀਦਾ ਵਾ। ਇਸ ਨੂੰ ਹੁਣ ਮੈਂ PDF ਫਾਈਲ ਦੇ ਵਿੱਚ ਚੇਂਜ ਕਰਨਾ ਸਿਖਾਵਾਂਗਾ। ਮੰਨ ਲਓ ਕੋਈ ਵਰਕ ਕੀਤਾ ਤੁਸੀਂ, ਥੀਸਿਸ ਬਣਾਇਆ ਵਾ, ਅਤੇ ਉਹਦੇ ਲਈ PDF ਫਾਈਲ 'ਚ ਕਨਵਰਟ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਇਸ ਲਈ ਤੁਸੀਂ ਬਿਨਾਂ ਇੰਟਰਨੈੱਟ ਤੋਂ ਵੀ ਇਸ ਸੋਫਟਵੇਅਰ ਨੂੰ ਚਲਾ ਸਕਦੇ ਜੇ, ਬਿਲਕੁਲ ਫ੍ਰੀ ਆ, ਕੋਈ ਪੈਸਾ ਨਹੀਂ ਲੈਂਦਾ, ਕੋਈ 20 ਰੁਪਈਆ ਨਹੀਂ ਲੱਗਦਾ, ਠੀਕ ਆ ਜੀ। ਅਤੇ ਬਹੁਤ ਹੀ ਵਧੀਆ ਸੋਫਟਵੇਅਰ ਆ, ਕੋਈ ਐਡੀ ਗੱਲ ਨਹੀਂ। ਆਹ ਦੇਖੋ ਹੁਣੇ ਮੈਂ ਤੁਹਾਨੂੰ ਕਰਕੇ ਦਿਖਾ ਦਿੰਦਾ। ਹੁਣ ਦੇਖੋ ਮੈਂ ਇਹਦੇ ਵਿੱਚ ਪਾਈ ਸੀ, ਆਹ ਦੇਖੋ ਵਰਡ ਦੀ ਫਾਈਲ।
ਇਹਨੂੰ ਮੈਂ ਇੱਥੇ ਪਾ ਦਾਂਗਾ। ਤੋ ਦੋਸਤੋ ਆ ਦੇਖੋ ਫੋਨ ਲੱਗ ਪਈ, ਠੀਕ ਆ ਜੀ। ਕਈ ਵਾਰ ਪਤਾ ਕੀ ਹੁੰਦਾ ਵਾ, ਇੱਥੇ ਥੱਲੇ ਆਪਸ਼ਨ ਆ ਜਾਂਦੀ ਹੈ ਥੱਲੇ, ਉੱਥੇ ਤੁਸੀਂ ਕਰ ਸਕਦੇ ਜੇ ਰੀਡ ਆਉਣ ਦੀ, ਠੀਕ ਆ ਜੀ। ਹੁਣ ਆਹ ਦੇਖੋ ਜੀ, ਆਹ ਅਪਲੋਡ ਹੋ ਗਏ ਆ ਡਾਕੂਮੈਂਟ ਕਿੰਨੇ, 1, 2, 3। ਹੁਣ ਇਸਨੂੰ ਮੈਂ ਸੇਵ ਕਰਨਾ, ਠੀਕ ਆ ਜੀ। ਆਹ ਦੇਖੋ ਸੇਵ 'ਤੇ ਜਾਓ, ਆਹ ਦੇਖੋ ਆ ਗਿਆ, ਠੀਕ ਆ ਜੀ। ਬਾਕੀ ਇੱਥੇ ਇਨਫੋਰਮੇਸ਼ਨ ਕਰਨਾ ਚਾਹੁੰਦੇ, ਟਾਈਟਲ ਚੇਂਜ ਕਰਨਾ ਚਾਹੁੰਦੇ ਕਰ ਸਕਦੇ ਜੀ, ਠੀਕ ਆ ਜੀ। ਆਹ ਦੇਖੋ 12 ਬਿੱਟ, 128 ਬਿੱਟ, ਮਤਲਬ ਕਿ ਇੱਥੇ ਐਡੀਟਿੰਗ ਤੁਸੀਂ ਕਰ ਸਕਦੇ ਜੀ, ਠੀਕ ਆ ਜੀ। ਪਰ ਮੈਂ ਇਸ ਨੂੰ ਕੁਛ ਨਹੀਂ ਕਰ ਰਿਹਾ, ਇੱਦਾਂ ਐਵੇਂ ਰਹਿਣ ਦੇਣਾ, ਤੋ ਕੰਟੀਨਿਊ ਕਰਤਾ, ਠੀਕ ਆ ਜੀ। ਹੁਣ ਮੈਂ ਇਸ ਨੂੰ ਇਹਦੇ ਵਿੱਚ ਹੀ ਪਾ ਦਾਂਗਾ, ਡਰਾਈਵਿੰਗ ਲਾਇਸੈਂਸ ਦੇ ਵਿੱਚ ਹੀ, ਠੀਕ ਆ ਜੀ। ਉਹ ਦੇਖੋ ਕਨਵਰਟ ਹੋ ਰਹੀ ਆ, ਓਕੇ ਜੀ। ਦੇਖੋ ਜੀ ਕਨਵਰਟ ਹੋ ਗਈ ਆ, ਹੁਣ ਤੁਹਾਨੂੰ ਅਸੀਂ ਖੋਲ੍ਹ ਕੇ ਦਿਖਾ ਦਿੰਦੇ ਹਾਂ। ਆਹ ਦੇਖੋ PDF ਫਾਈਲ 'ਚ ਕਨਵਰਟ ਹੋ ਗਈ ਆ। ਆਹ ਦੇਖੋ ਜੀ ਫਾਰਮ ਨੰਬਰ 1, ਫਾਰਮ ਨੰਬਰ 1A ਅਤੇ 1A ਦਾ ਦੂਜਾ ਭਾਗ ਇੱਥੇ ਹੀ, ਜੇ ਤੁਸੀਂ ਲੈਪ ਵਾਲਾ ਵੀ ਪਾਦੋਗੇ ਵਿੱਚ ਆ ਜਾਏਗਾ। ਹੁਣ ਤਿੰਨੇ ਚੌਵੇਂ ਫਾਰਮ ਇੱਕੋ ਹੀ ਜਗ੍ਹਾ 'ਤੇ ਪੈ ਜਾਣਗੇ, ਹੈ ਨਾ ਜੀ, ਇੱਕੋ ਹੀ ਚੋਇਸ 'ਤੇ ਇੱਕੋ ਹੀ ਆਪਸ਼ਨ 'ਤੇ ਪੈ ਜਾਣਗੇ। ਕਿੰਨਾ ਫਾਇਦਾ ਹੋਇਆ, ਧੰਨਵਾਦ।